ਨਹੀਂ ਫਿਰ ਕੀ ਹੋਊਗਾ ਮਤਲਬ ਮੈਂ ਲੋਕਾਂ ਸਾਹ ਨਾਲ ਚੱਲਾਂ ਫਿਰ ਤਾਂ ਮੈਂ ਉਹ ਹੋ ਗਿਆ ਇਹ ਇਹਨਾਂ ਨੇ ਆਹ ਸਵਾਲ ਪੁੱਛ ਲਏ ਕੱਲ ਨੂੰ ਤੁਸੀਂ ਕੁਝ ਪੁੱਛ ਲਿਆ ਇਹਨਾਂ ਨੇ ਕੁਝ ਪੁੱਛ ਲਿਆ ਫਿਰ ਇੱਕ ਫਿਰ ਮੈਨੂੰ ਕਰਨ ਦੀ ਕੀ ਲੋੜ ਹੈ ਜੇ ਮੈਂ ਲੋਕਾਂ ਦੀ ਨੌਕਰੀ ਕਰਕੇ ਲੋਕਾਂ ਕੋ ਗਾਲਾਂ ਖੜ ਕੇ ਕਰਨਾ ਕਿਉਂ ਕਰਨਾ ਆਪ ਹੀ ਕਰ ਲਓ ਆ ਕੇ ਅਨਮੋਲ ਕਵਾਤਰਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਗਰੀਬਾਂ ਦੀ ਹੈਲਪ ਕਰਨ ਦੇ ਵਿੱਚ ਜੁਟਿਆ ਹੋਇਆ ਉੱਥੇ ਹੀ ਕਈ ਲੋਕਾਂ ਨੇ ਅਨਮੋਲ ਕਵਾਤਰੇ ਉੱਤੇ ਦੋਸ਼ ਲਗਾਏ ਸੀ ਕਿਹਾ ਜਾਂਦਾ ਸੀ ਕਿ ਇਹ ਰੁਪਈਏ ਖਾ ਰਿਹਾ ਤੇ ਇਸ ਕੋਲ ਇੰਨਾ ਪੈਸਾ ਕਿੱਥੋਂ ਆਉਂਦਾ ਹਜ਼ਾਰ ਪੁਆਇੰਟ ਨੇ ਹਜ਼ਾਰ ਪੁਆਇੰਟਾਂ ਦੇ ਮੇਰੇ ਕੋਲ ਇੱਦਾਂ ਕਰੋ ਤੁਸੀਂ ਸਾਰੇ ਸਵਾਲ ਪੁੱਛ ਰਹੇ ਹੋ ਮੈਂ ਚਾਰ ਸਵਾਲ ਪੁੱਛਦਾ ਇਹਨਾਂ ਦੋ ਕਹੇ ਸੀਗੇ ਵੀ ਚੈਨਲ ਦੀ ਕਮਾਈ ਹਾਂ ਤੇ ਇਹ ਕਿਹਾ ਸੀਗਾ ਐਡੀਟਿੰਗ ਵਾਸਤੇ 70,000 ਤੇ ਰੱਖਿਆ ਕਿੰਨੇ ਕਿੰਨੇ ਪੈਸੇ ਰੱਖੇ ਯਾਰ ਤੁਸੀਂ ਵੀ ਐਡੀਟਰ ਰੱਖੇ ਹੋਣੇ ਕਿੰਨੇ ਤੇ ਰੱਖੇ ਨੇ 70,000 ਤੇ ਕਿੰਨੇ ਮੈਂ ਲੱਗਦਾ ਦੁਨੀਆ ਦੇ ਸਾਰੇ ਐਡੀਟਰ ਮੇਰੇ ਕੋਲੇ ਆ ਜਾਣਗੇ ਇਹ ਗੱਲਾਂ ਨਾ ਸੁਣੀਆਂ ਸੁਣਾਈਆਂ ਨੇ ਹਾਂ ਇਹਨਾਂ ਨੂੰ 70,000 ਕਿਸੇ ਨੇ ਕਹਿਤਾ ਹੋਣਾ ਇਹਨਾਂ ਨੂੰ ਲੱਗ ਗਿਆ ਕਿਉਂਕਿ ਇਹਨਾਂ ਨੂੰ ਕਿਹੜਾ ਐਡੀਟਰ ਰੱਖੇ ਨੇ ਕਦੀ ਇਹਨਾਂ ਨੂੰ ਕੀ ਪਤਾ ਐਡੀਟਰ ਕੀ ਦੀ ਤਨਖਾਹ ਹੁੰਦੀ ਭਾਈ ਸਵਾਲ ਭਾਈ ਮੇਰਾ ਪਿਓ ਕਰਦਾ ਕਈ ਤਾਂ ਜਾਣਾ ਮੇਰਾ ਪਿਓ ਕਰਦਾ ਮੇਰਾ ਖਰਚਾ ਮੇਰਾ ਡੈਡੀ ਮੇਰਾ ਚਾਚਾ ਹੈ ਮੇਰੇ ਘਰੇ ਮੇਰਾ ਡੈਡੀ ਹੈ ਮੇਰੇ ਕੋਈ ਨੰਗੇ ਕਰੋ ਥੋੜੀਆਂ ਜੇ ਦੇਖੋ ਦੋ ਤਰ੍ਹਾਂ ਦੀ ਦੁਨੀਆ ਇੱਕ ਮਿੰਟ ਦੋ ਤਰ੍ਹਾਂ ਦੀ ਦੁਨੀਆ ਇੱਕ ਬਹੁਤ ਚੰਗੇ ਘਰੋਂ ਇੱਕ ਮਿਡਲ ਕਲਾਸ ਇੱਕ ਲੋਅਰ ਕਲਾਸ ਤਿੰਨਾਂ ਨੂੰ ਹੀ ਮੈਂ ਕਹਿੰਦਾ ਜਿਹਦੇ ਕੋਲ ਬਹੁਤ ਰੁਪਈਆ ਉਹਨੂੰ ਪੈਸੇ ਤਮਾ ਨਹੀਂ ਉਹ ਸੇਵਾ ਕਰ ਲਵੇ ਆ ਕੇ ਹੈ ਦੂਜਾ ਜਿਹਨੂੰ ਪੈਸੇ ਦੀ ਲੋੜ ਹੈ ਉਹ ਤਾਂ ਫਿਰ ਪੱਕਾ ਹੀ ਆ ਜਾਏ ਕਿਉਂਕਿ ਕਮਾ ਲਏਗਾ ਮਿਡਲ ਕਲਾਸ ਹੈ ਉਹ ਵੈਸੀ ਪਾਰਟ ਟਾਈਮ ਕਰ ਲਵੇ ਉਹ ਵੀ ਪੈਸੇ ਕਮਾ ਲਏਗਾ ਤਿੰਨਾਂ ਅਨਮੋਲ ਕਵਾਤਰੇ ਉੱਪਰ ਇਲਜ਼ਾਮ ਲਗਾਉਣ ਵਾਲਾ ਹਨੀ ਸੈਠੀ ਜਥੇ ਕਿ ਜਦੋਂ ਦੋਨਾਂ ਦੇ ਆਮਣੋ ਸਾਹਮਣੇ ਹੋਏ ਟਾਕਰੇ ਤਾਂ ਅਨਮੋਲ ਕਵਾਤਰੇ ਦੀ ਹੋਈ ਜਿੱਤ ਤੁਸੀਂ ਕਿਵੇਂ ਦੇਖ ਲਓ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਜੁੜੇ ਰਹਿਣ ਲਈ ਧੰਨਵਾਦ।